ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਜਾਫਰਕੋਟ, ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ। ਅੱਜ ਦੀ ਵੀਡੀਓ 'ਚ ਵੀ ਤੁਹਾਨੂੰ ਜਿਹੜੇ ਪਸ਼ੂ ਵੀਰ ਜੀ ਹੋਣਾਂ ਨੇ ਵਿਕਾਊ ਕੀਤੇ ਆ, ਘਰ ਦੇ ਪਸ਼ੂ ਜਿਹੜੇ ਵਿਕਾਊ ਕੀਤੇ ਆ, ਅਤੇ ਦੋ ਮੱਝਾਂ ਜਿਹੜੀਆਂ ਵੀਰ ਜੀ ਹੋਣਾਂ ਨੇ ਵਿਕਾਊ ਕੀਤੀਆਂ, ਅਤੇ ਬਾਕੀ ਪਸ਼ੂ ਆਪਾਂ ਦੇਖ ਸਕਦੇ ਹਾਂ ਵੀਰ ਜੀ ਹੋਣਾਂ ਸਾਰੇ ਘਰ ਦੇ ਪਸ਼ੂ ਆ। ਆਹ ਵਾਲੀਆਂ ਦੋ ਮੱਝਾਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਵਾ, ਜਿਨ੍ਹਾਂ ਦੇ ਵਿੱਚੋਂ ਇੱਕ ਸੂਈ ਆ ਅਤੇ ਇੱਕ ਗੱਭਣ ਆ, ਅਤੇ ਗੱਲਬਾਤ ਹੁਣ ਆਪਾਂ ਵੀਰ ਜੀ ਹੋਣਾਂ ਨਾਲ ਕਰਦੇ ਹਾਂ ਅਤੇ ਪੁੱਛਦੇ ਹਾਂ ਸਾਰੀ ਡਿਟੇਲ। ਬਾਕੀ ਸੋਹਣੇ ਪਸ਼ੂ ਵੀਰ ਜੀ ਹੋਣਾਂ ਨੇ ਘਰ ਰੱਖੇ ਆ ਵੀ, ਝੋਟੀਆਂ ਦੇਖ ਸਕਦੇ ਸੋਹਣੀਆਂ ਵਾ, ਗੱਭਣਾਂ ਵਾ ਝੋਟੀਆਂ ਵੀ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ। ਵੀਰ ਜੀ ਨਾਮ ਦੱਸਦੇ ਕਰੀ ਆਪਣਾ। ਨਾਮ ਬਲਜੀਤ ਸਿੰਘ। ਹਾਂਜੀ। ਪਿੰਡ ਜਾਫਰਕੋਟ, ਤਹਿਸੀਲ ਅਜਨਾਲਾ, ਡਿਸਟ੍ਰਿਕਟ ਅੰਮ੍ਰਿਤਸਰ। ਅਤੇ ਅਜਨਾਲਾ ਕਿੰਨਾ ਕੁ ਪੈ ਜਾਂਦਾ ਜਿੱਥੋਂ ਆਪਣਾ? ਇੱਥੋਂ 7 ਕਿਲੋਮੀਟਰ। ਠੀਕ ਹੈ ਜੀ। ਹਾਂਜੀ। ਅਤੇ ਫੋਨ ਨੰਬਰ ਬੋਲਦੇ ਕਰੀ ਆ? 99-1-556-56। ਠੀਕ ਹੈ ਜੀ। ਅਤੇ ਘਰ ਦੇ ਪੁੱਛੋ ਜੀ ਆਪਣੇ? ਹਾਂਜੀ, ਘਰ ਦੇ ਜੀ। ਇਹ ਕਿਉਂ ਵੇਚ ਦੇਣੀਆਂ ਵਿੱਚੋਂ ਦੋ? ਵੈਸੇ ਮਾਲ ਜ਼ਿਆਦਾ ਸਾਂਭਿਆ ਸੁੰਭਿਆ ਨਹੀਂ ਜਾਂਦਾ, ਤਾਂ ਕਰਕੇ ਵੇਚ ਦੇਣਾ। ਅੱਛਾ। ਮੱਝਾਂ ਗਾੜੀ ਸੂਣ ਵਾਲੀਆਂ ਨੇ 3-4। ਠੀਕ ਹੈ। ਆਹ ਵੀ ਝੋਟੀਆਂ ਤਿਆਰ ਹੀ ਆ ਹਨਾ ਲਗਭਗ? ਹਾਂਜੀ। ਠੀਕ ਹੈ, ਅਤੇ ਤਾਂ ਕਰਕੇ ਫਿਰ ਵਿੱਚ ਮੱਝਾਂ ਦੋ ਵਿੱਚ ਵੇਚ ਦੇਣੀਆਂ। ਹਾਂਜੀ। ਠੀਕ ਹੈ, ਪਹਿਲਾਂ ਸੂਈ ਵਿਖਾ ਦਈਏ ਫਿਰ ਆਪਾਂ? ਸੂਈ ਵਿਖਾ ਦਿਓ। ਠੀਕ ਹੈ, ਇਹਨਾਂ ਦੇ ਵਿੱਚੋਂ ਇੱਕ ਸੂਈ ਆ ਅਤੇ ਇੱਕ ਗੱਬਣ ਆ। ਪਹਿਲਾਂ ਤੁਹਾਨੂੰ ਮੈਂ ਤਾਜ਼ੀ ਸੂਈ ਦਿਖਾ ਦਿੰਦੇ ਹਾਂ। ਬਾਕੀ ਕੱਦ ਕਾਠ ਚੰਗਾ ਅਤੇ ਸਿੰਗਾਂ ਦੀ ਵੀ ਜਿਹੜੀ ਦੇਖ ਸਕਦੇ। ਠੀਕ ਹੈ, ਥਾਣਾ ਦਾ ਸਾਈਜ਼ ਗੈਪ ਇਹਦਾ ਲੱਗ ਰਿਹਾ ਦੇਖ ਸਕਦੇ। ਕਿੰਨਵਾਂ ਸੂਆ ਸੂਈ ਜੀ ਵੇਚੀ ਹੈ? ਦੂਸਰਾ ਵੀ ਜੀ। ਦੂਸਰਾ ਸੂਆ ਸੂਈ ਆ। ਕਿੰਨਾ ਕੁ ਚਿਰ ਹੋ ਗਿਆ ਜੀ ਸੂਈ ਨੂੰ? ਅੱਜ 5ਵਾਂ ਦਿਨ ਜੀ। 5ਵਾਂ ਦਿਨ ਆ। ਹਾਂਜੀ। ਕਿੰਨਾ ਦੁੱਧ ਤਿਆਰ ਕਰ ਗਏ ਮੌਕੇ ਤੇ? ਦੁੱਧ ਬੱਚੇ ਦਾ ਪਾ ਕੇ 10 ਕਿਲੋ ਹੀ ਹੋਊਗਾ। ਅੱਛਾ, 10 ਕਿਲੋ ਦੁੱਧ ਜਿਹੜਾ ਪੱਕਾ ਤਿਆਰ ਕਰ ਗਈ ਆ ਬੱਚੇ ਦਾ ਪਾ ਕੇ? ਕਿੰਨਾ ਕੁ ਚਵਾ ਜੂਗੀ ਦੁੱਧ? ਦੁੱਧ 12 ਤੋਂ ਪਲੱਸ ਹੀ ਚਵਾਊਗੀ। ਅੱਛਾ, 12 ਤੋਂ ਪਲੱਸ ਜਿਹੜਾ ਚਵਾਈ ਜਾਊਗੀ? 11-11 ਕਿਲੋ ਤਾਂ ਪਹਿਲਾਂ ਲੈਂਦੀ ਰਹੀ। ਅੱਛਾ, 10-11 ਲੀਟਰ ਜਿਹੜਾ ਪਹਿਲਾਂ ਕੋਲੋਂ ਤੁਸੀਂ ਚੋਇਆ ਵਾ? ਹਾਂਜੀ। ਅਤੇ ਬੱਚਾ ਕੀ ਜੀ ਇਹਦੇ ਮਗਰ? ਮਗਰ ਕੱਟੀ ਜੀ। ਅੱਛਾ, ਆਹ ਕੱਟੀ ਜੀ? ਹਾਂਜੀ, ਆਹ ਦੇਖ ਸਕਦੇ ਆਹ ਕੱਟੀ ਜੀ। ਅਤੇ ਲਿਆ ਫਿਰ ਖੋਲੀਏ, ਹਾਂ ਤੋਰੀਏ ਕਰੀ ਨੂੰ ਆਪਾਂ। ਠੀਕ ਹੈ। ਹਾਂ ਦੇਖ ਸਕਦੇ ਜੀ। ਕੱਦ ਕਾਠ ਜਿਹੜਾ ਇਹਦਾ ਠੀਕ ਆ। ਥੱਲਿਆਂ ਵੀ ਹਵਾਨਾ ਜਿਹੜਾ ਇਹਦਾ ਚੰਗਾ, ਬਾਕੀ ਥੋੜ੍ਹਾ ਜਿਹਾ ਡਰਦੀ ਜੇ ਤੋਰਦਾ ਵੀਰ ਜੀ, ਥੋੜ੍ਹੀ ਲੰਮੀ ਤੋਰਦਾ। ਮਿਲਕ ਮੇਨ ਵੀ ਚੰਗੀ ਲੱਗੀ ਆ ਜਿਹੜੀ ਇਹਦੀ। ਲੈ ਜਾ ਵੀਰ ਜੀ, ਥੋੜ੍ਹਾ ਹੌਲੀ ਹੌਲੀ ਤੋਰ ਦਿਓ ਵੀਰ ਜੀ। ਬਾਕੀ ਸੋਹਣੇ ਹਵਾਨੇ ਦੀ ਮਾਲਕ ਆ, ਇੱਕ ਵਾਰੀ ਹਵਾਨਾ ਇਹਦਾ ਤੁਹਾਨੂੰ ਲਾਗੇ ਤਾਂ ਚੰਗੀ ਤਰ੍ਹਾਂ ਦਿਖਾ ਦਿੰਦੇ ਹਾਂ। ਲੈ ਜਾ ਵੀਰ ਜੀ, ਬੰਦ ਹੋ ਜੀ। ਬਾਕੀ ਥੋੜ੍ਹਾ ਡਰਦੀ ਆ ਸਾਡੇ ਕੋਲੋਂ ਵੀ, ਬਾਕੀ ਹਵਾਨਾ ਥੱਲੇ ਚੰਗਾ ਸੋਹਣਾ ਤਿਆਰ ਕੀਤਾ ਵਾ ਇਹਨੇ। ਕੋਈ ਸਾਂਭ ਵਾਲਾ ਕੋਈ ਵੀਰ ਲੈ ਜੂਗਾ ਅਤੇ ਦੁੱਧ ਜਿਹੜਾ ਚੰਗਾ ਚਵਾਈ ਜਾਊਗੀ। ਅਤੇ ਮਿਲਕ ਮੇਨ ਵੀ ਕਾਫੀ ਚੰਗੀ ਲੱਗੀ ਹੈ। ਹਾਂ ਦੇਖ ਸਕਦੇ, ਮਿਲਕ ਮੇਨ ਕਾਫੀ ਮੋਟੀ ਲੱਗੀ ਹੈ ਬਾਕੀ ਮੱਝਾਂ ਦੇ ਮੁਕਾਬਲੇ। ਅਤੇ ਕੀ ਫਿਰ ਮੁੱਲ ਰੱਖਣਾ ਵੀਰ ਜੀ ਇਹਦਾ? ਇਹਦਾ ਮੁੱਲ ਵੀਰ ਜੀ 60,000 ਕਰਦੇ ਹਾਂ। ਅੱਛਾ। ਹਾਂਜੀ, ਵਿੱਚ ਹੋ ਜੂਗਾ ਮਾਨਤਨ? ਕਰਦਾਂਗੇ ਮਾਨਤਨ। ਠੀਕ, ਕੋਈ ਫੋਨ ਲਾਵੇ ਹਨਾ ਇੱਕ ਵਾਰੀ ਮੌਕੇ 'ਤੇ ਮਾਨਤਨ ਹੋ ਜੂਗਾ। ਅਤੇ ਜਿਹੜੀ ਹੁਣ ਆਹ ਝੋਟੀ ਦਿਖਾਉਣੀ ਆਪਾਂ ਦੂਸਰੇ ਨੰਬਰ 'ਤੇ, ਅਤੇ ਥਾਣਾ ਇਹਦੇ ਵੀ ਲਾਗੇ ਤਾਂ ਦੇਖ ਸਕਦੇ ਜੀ। ਥਾਣਾ ਦਾ ਸਾਈਜ਼ ਗੈਪ ਇਹਦਾ ਵੀ ਚੰਗਾ ਵਾ। ਇਹਦਾ ਵੀਰ ਜੀ ਕਿੰਨਵਾਂ ਸੂਆ ਜੀ? ਇਹ ਵੀ ਦੂਸਰੇ ਵੀਰ ਜੀ। ਇਹਦਾ ਇਹ ਵੀ ਦੂਸਰੇ ਸੂਏ ਹੀ ਆ। ਅਤੇ ਇਹ ਕਿੰਨਾ ਕੁ ਟਾਈਮ ਖੜਦੀ ਸੂਣ 'ਚ? ਇਹ ਹਫ਼ਤਾ ਕੁ ਲੈ ਜੂਗੀ। ਹਫ਼ਤਾ ਕੁ ਲੈ ਜੂਗੀ? ਅਤੇ ਇਹ ਕਿੰਨਾ ਦੁੱਧ ਚਵਾਈ ਜਾਊਗੀ? ਇਹ ਦੁੱਧ 10 ਕਿਲੋ ਵੀਰ ਜੀ ਪਹਿਲਾਂ ਤੁਹਾਨੂੰ ਚਾਹੁੰਦੇ ਰਹੇ ਇਹਨਾਂ ਦੇ 12 ਤੋਂ ਪਾਸ ਹੀ ਦਊਗੀ ਇਹਦੀ। ਅੱਛਾ, ਇਹ ਵੀ 12 ਕੁ ਚਵਾਈ ਜਾਊਗੀ? ਹਾਂਜੀ। ਅਤੇ ਲਿਆਓ ਫਿਰ ਤੋਰ ਕੇ ਦਿਖਾ ਦਈਏ ਇਹਨਾਂ ਵੀ ਆਪਾਂ। ਅਤੇ ਚਵਾ ਚਵੂ ਓਕੇ ਹੀ ਆ ਸਾਰੀਆਂ ਦੇ? ਚੱਕਰ ਹੀ ਨਹੀਂ ਵੀਰ ਜੀ। ਠੀਕ ਹੈ ਜੀ। ਹਾਂਜੀ, ਬਾਕੀ ਬੋਡੀ ਵੇਟ ਜਿਹੜਾ ਇਹਦਾ ਵੀ ਚੰਗਾ ਵਾ, ਥੱਲਿਆਂ ਇਹ ਵੀ ਚੰਗੀ ਤਿਆਰ ਹੁੰਦੀ ਆ। ਸਾਂਭੀ ਸੁੰਭੀ ਚੰਗੀ ਆ। ਲੈ ਜਾ ਵੀਰ ਜੀ, ਘੁਮਾ ਕੇ ਥੋੜ੍ਹਾ ਡਰਦੀ ਡਰਦੀ। ਹਾਂ, ਬਹਾਨਾ ਜਿਹੜਾ ਇਹਦਾ ਲਾਗੇ ਤਾਂ ਦੇਖ ਸਕਦੇ ਜੀ, ਬਾਕੀ ਥੋੜ੍ਹਾ ਡਰਦੀਆਂ ਡਰਦੀਆਂ ਵੀ ਸਾਡੇ ਕੋਲੋਂ ਘਰੋਂ। ਬਾਹਰ ਵੀਰ ਜੀ ਨੇ ਕਹਿੰਦੇ ਕਿ ਕੱਢੀ ਦੀਆਂ ਵੀ ਘੱਟ ਆ ਅਤੇ
ਬਾਹਰਲਾ ਬੰਦਾ ਵੀ ਘੱਟ ਹੁੰਦਾ ਵਾ ਤੇ ਫਿਰ ਕਈ ਵਾਰੀ ਪਸ਼ੂ ਜਿਹੜਾ ਡਰ ਜਾਂਦਾ ਵਾ। ਲੈ ਜਾਓ ਕੋਈ ਨਹੀਂ ਬੰਦ ਹੋ ਗਈ ਅਕਸਰ ਜਿਹੜਾ ਬਾਹਰਲੇ ਬੰਦੇ ਤਾਂ ਕਈ ਵਾਰੀ ਪਸ਼ੂ ਜਿਹੜਾ ਡਰ ਜਾਂਦਾ ਵਾ। ਬਾਕੀ ਹਵਾਨਾ ਇਹਦਾ ਵੀ ਲੱਗ ਗਿਆ ਤਾਂ ਦੇਖ ਸਕਦੇ ਜੇ ਹਵਾਨਾ ਇਹ ਵੀ ਚੰਗਾ ਤਿਆਰ ਕਰਨ ਦੀ ਬੰਦ ਹੋ ਗਈ ਅਤੇ ਮੁੱਲ ਵੀਰ ਜੀ ਫਿਰ ਆਪਾਂ ਦੱਸ ਦਈਏ ਇਹਦਾ ਵੀ ਬਾਕੀ ਚਲੋ ਜੇ ਕਿਸੇ ਵੀਰ ਨੇ ਹੋਰ ਵੀ ਕੁਛ ਪੁੱਛਣਾ ਵੇਖਣਾ ਤੁਹਾਡੇ ਤੋਂ ਪੁੱਛ ਸਕਦਾ। ਠੀਕ ਹੈ ਤੇ ਬਾਕੀ ਜ਼ਿਆਦਾਤਰ ਜ਼ਿਆਦਾ ਪਹਿਲਾਂ ਹੀ ਝੋਟੀਆਂ ਤਿਆਰ ਕਰਦੇ ਹਨ ਆਪਣੇ ਕੋਲ ਵੀ ਝੋਟੀਆਂ ਜਿਹੜੀਆਂ ਤਿਆਰ ਕਰਕੇ ਵੀਰ ਜੀ ਹੁਣੀ ਵੇਚਦੇ ਆ ਵੀ ਝੋਟੀਆਂ ਜਿਹੜੀਆਂ ਚੰਗੀਆਂ ਤਿਆਰ ਹੁੰਦੀਆਂ ਵਾ। ਹੋਰ ਵੀ ਉੱਧਰ ਵੀ ਪਸ਼ੂ ਬੱਜੇ ਉਹ ਵੀ ਵਿੱਚੋਂ ਸੂਣ ਵਾਲੀਆਂ ਵਾ। ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ। ਠੀਕ ਹੈ ਵੀਰ ਜੀ ਹਾਂ ਦੇਖ ਸਕਦੇ ਜੇ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਸ ਚਾਹ ਕੇ ਆਪਣੀ ਸਮਝ ਦੇ ਹਿਸਾਬ ਨਾਲ ਅਤੇ ਆਪਣੀ ਜ਼ਿੰਮੇਦਾਰੀ 'ਤੇ ਪਸ਼ੂ ਖੜ੍ਹੇ ਜੀ ਕਿਉਂਕਿ ਪੈਸੇ ਤੁਸੀਂ ਖਰਚਣੇ ਜ਼ਿੰਮੇਵਾਰੀ ਵੀ ਤੁਹਾਡੀ ਬਣਦੀ ਆਪਣੀ ਤਸੱਲੀ ਕਰਕੇ ਖੜ੍ਹਨ ਦੀ। ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ।